ਸੱਚੀ ਗੱਲ ਦੋਸਤੋ ਮੈਂ ਅਰਵਿੰਦਰਪਾਲ ਸਿੰਘ ਰਾਇਲ ਟ੍ਰੈਵਲਸ ਤੋਂ ਬਹੁਤ ਸਾਰੇ ਕਲਾਈਂਟਸ ਦੇ ਮਨ ਦੇ ਵਿੱਚ ਇੱਕ ਡਰਾ ਕਿ ਕੈਨੇਡਾ ਦਾ ਸਕਸੈਸ ਰੇਟ ਬਹੁਤ ਡਾਊਨ ਚੱਲ ਜਾਊਗਾ ਦੋਸਤੋ ਬਹੁਤ ਧਰਨਾ ਧਾਰਨਾ ਗਲਤ ਆ ਇਹਦੇ ਬਾਰੇ ਤੁਹਾਨੂੰ ਐਗਜੈਕਟ ਜਾਣਕਾਰੀ ਇਸ ਵੀਡੀਓ ਚ ਮਿਲੂਗੀ ਫੋਲੋ ਕਰਕੇ ਰੱਖਿਓ ਦੇਖੋ ਜਦੋਂ ਕੋਰੋਨਾ ਚੱਲਦਾ ਸੀ ਉਸ ਸਮੇਂ ਦੇ ਉੱਪਰ ਵੀ ਕੈਨੇਡਾ ਦਾ ਜਿਹੜਾ ਸਕਸੈਸ ਰੇਟ ਆ ਉਹ ਮਾੜਾ ਨਹੀਂ ਕਦੀ ਹੋਇਆ ਸੋ ਕੈਨੇਡਾ ਨੇ ਕਦੀ ਵੀ ਜਿਹੜਾ ਕੈਨੇਡਾ ਦਾ ਇੱਕ ਬੇਸਿਕ ਕੋਟਾ ਸਮਝੋ ਕਿ 5 ਲੱਖ ਐਪਲੀਕੈਂਟ ਕੈਨੇਡਾ ਨੂੰ ਹਰ ਸਾਲ ਚਾਹੀਦਾ ਹੈ ਪੀਆਰ ਦੇ ਲਈ 5 ਲੱਖ ਬੰਦਾ ਪੱਕਾ ਕਰਨਾ ਹੈ ਸੋ ਪਿੱਛੇ ਜੇ ਗਿਣਤੀ ਵਧੀ ਥੋੜਾ ਬਹੁਤ ਉਹਨਾਂ ਨੇ ਕੋਟਾ ਘਟਾਤਾ ਬਟ ਇਸ ਸਮੇਂ ਬਹੁਤ ਸਾਰੇ ਲੋਕ ਇੰਡੀਆ ਤੋਂ ਅਪਲਾਈ ਕਰਨ ਤੋਂ ਡਰਦੇ ਆ ਇੱਕ ਮੰਨ ਦੇ ਵਿੱਚ ਵਹਿਮ ਆ ਕਿ ਸ਼ਾਇਦ ਸਾਡਾ ਜਿਹੜਾ ਵੀਜ਼ਾ ਦਾ ਚਾਂਸ ਘਟ ਜਾਊਗਾ ਇਸ ਸਮੇਂ ਇੱਕੋ ਇੱਕ ਨੁਕਸਾਨ ਆ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਥੋੜਾ ਵੱਧ ਲੱਗੂਗਾ ਸੋ ਕੈਨੇਡਾ ਨੇ ਆਪਣੀ ਸਾਈਟ ਦੇ ਉੱਪਰ ਪਹਿਲਾਂ ਹੀ ਪਬਲਿਸ਼ ਕੀਤਾ ਪਿਆ ਹੈ ਕਿ 5-6 ਮਹੀਨੇ ਤੱਕ ਦਾ ਸਮਾਂ ਅਸੀਂ ਵੀਜ਼ਾ ਨੂੰ ਦੇਣ ਨੂੰ ਲਾਉਣਾ ਹੈ ਪਰ ਜਿਹੜੇ ਸਟੂਡੈਂਟਸ ਨੇ ਜਨਵਰੀ ਇਨਟੇਕ ਅਪਲਾਈ ਕਰਨਾ ਹੈ ਤੁਸੀਂ ਸੋ ਉਹ ਆਲਰੇਡੀ ਲੇਟ ਨੇ ਸੋ ਪਰ ਜੇ ਜੇ ਤੁਸੀਂ ਇਸ ਤੋਂ ਅੱਗੇ ਜਾਣਾ ਚਾਹੁੰਦੇ ਹੋ ਕਿਸੇ ਹੋਰ ਇਨਟੇਕ ਤੇ ਅਪਲਾਈ ਕਰਨਾ ਉਹਦਾ ਸਮਾਂ ਤੁਸੀਂ ਅੱਜ ਅਪਲਾਈ ਕਰ ਲਓ ਸੋ ਅਗਰ ਤੁਸੀਂ ਬੱਚਿਆਂ ਨੇ ਬੱਚਿਆਂ ਨੂੰ ਮਿਲਣ ਜਾਣਾ ਹੈ ਪਰਿਵਾਰਾਂ ਨੇ ਹੌਲੀਡੇਸ ਤੇ ਜਾਣਾ ਹੈ ਜਾਂ ਕੈਨੇਡਾ ਦਾ ਨਾਰਮਲ ਉਹਦਾ ਟੂਰਿਸਟ ਵੀਜ਼ਾ ਲੈਣਾ ਹੈ ਉਹ ਅੱਜ ਦੇ ਅੱਜ ਅਪਲਾਈ ਕਰ ਲਓ ਉਸਾ ਸਾਈਕੋਲੋਜੀ ਤੋਂ ਬਾਹਰ ਆ ਜਾਓ ਕਿ ਮੇਰਾ ਅੰਬੈਸੀ ਕੁਝ ਟੰਗਿਆ ਪਿਆ ਤੇ ਮੈਂ ਤਦ ਤੱਕ ਇਹ ਤੜਫਦਾ ਰਹਾ। ਇਹੋ ਕੰਮ ਕਰੋ ਕਿ ਨੇਕੀ ਕਰ ਦਰਿਆ ਵਿੱਚ ਡਾਲ ਇੱਕ ਵਾਰੀ ਵੀਜ਼ਾ ਪਾਇਆ ਭੁੱਲ ਜਾਓ। 5-6 ਮਹੀਨੇ ਦਾ ਸਮਾਂ ਲੱਗੂਗਾ ਪਰ ਜਿਹੜਾ ਸਕਸੈਸ ਰੇਟ ਆ ਉਹ ਬਹੁਤ ਬਿਹਤਰ ਆਊਗਾ। ਉਹਦਾ ਕਾਰਨ ਕੀ ਹੈ? ਇੱਕ ਡਿਮਾਂਡ ਐਂਡ ਸਪਲਾਈ ਦੀ ਇਕੁਏਸ਼ਨ ਹੈ ਜਿਹਦੇ ਵਿੱਚ ਕਿ ਅੱਜ ਬਹੁਤ ਸਾਰੇ ਐਪਲੀਕੈਂਟ ਡਰ ਕੇ ਵੀਜ਼ਾ ਘੱਟ ਅਪਲਾਈ ਕਰਨਗੇ। ਜਿਹੜਾ ਕਰਕੇ ਜਿਹੜਾ ਵੀਜ਼ਾਸ ਨਿਕਲਣ ਦੀ ਗਿਣਤੀ ਆ ਉਹ ਵਧੂਗੀ। ਸੋ ਸਕਸੈਸ ਰੇਟ ਅਗਰ ਤੁਸੀਂ ਨੰਬਰਸ ਵਿੱਚ ਦੇਖੋਗੇ ਕੈਨੇਡਾ ਦਾ ਲਗਭਗ 90% ਦੇ ਕਰੀਬ ਸਕਸੈਸ ਰੇਟ ਆ ਪਰ ਇਹ ਖਰਾਬ ਰਿਸ਼ਤਿਆਂ ਕਰਕੇ ਸਾਨੂੰ ਇੱਕਦਮ ਲੱਗਦਾ ਕਿ ਸ਼ਾਇਦ ਕੈਨੇਡਾ ਦਾ ਸਾਡੇ ਕੋਲ ਬਦਲਾ ਲੈਣ ਵਾਲੀ ਮੂਡ ਚ ਆ ਜਾਵੇ ਵੀ ਸਾਡੇ ਵੀਜ਼ੇ ਧੜਾ ਧੜ ਚੱਕੇ ਉਡਾ ਦੇ ਇਹ ਕਦੀ ਨਹੀਂ ਹੁੰਦਾ ਹੁੰਦਾ ਕੈਨੇਡਾ ਦਾ ਤੁਹਾਡੇ ਨਾਲ ਕੋਈ ਵੈਰ ਵਿਰੋਧ ਨਹੀਂ ਆ ਕੈਨੇਡਾ ਦਾ ਪੰਜਾਬੀਆਂ ਨਾਲ ਕੋਈ ਵੈਰ ਵਿਰੋਧ ਨਹੀਂ ਆ ਕੈਨੇਡਾ ਦੀਆਂ ਸਰਕਾਰਾਂ ਦਾ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਆ ਹਾਂ ਇੰਡੀਆ ਦੀ ਸਰਕਾਰ ਔਰ ਕੈਨੇਡਾ ਦੀ ਸਰਕਾਰ ਇਸ ਸਮੇਂ ਤਣਾਤਣੀ ਦੇ ਵਿੱਚ ਚੱਲ ਰਹੀ ਹੈ ਪਰ ਦੋਨੋਂ ਪਾਸੇ ਸਾਡੇ ਹੀ ਬੰਦੇ ਨੇ ਸਾਡੇ ਹੀ ਮੁਲਕ ਨੇ ਸੋ ਜਿਹੜੇ ਇਹਨਾਂ ਦੇ ਨਾਲ ਕੋਈ ਵੈਰ ਵਿਰੋਧ ਦੀ ਭਾਵਨਾ ਨਹੀਂ ਕਿਤੇ ਲੱਗੀ ਹੋਈ ਸੋ ਵੀਜ਼ਾਸ ਇਸੇ ਤਰੀਕੇ ਨਾਲ ਮਿਲਦੇ ਰਹਿਣਗੇ ਕੈਨੇਡਾ ਇੱਕ ਅੱਛੇ ਡੈਸਟੀਨੇਸ਼ਨ ਵਜੋਂ ਬਿਲਕੁਲ ਭਰਪੂਰ ਤਿਆਰ ਹੈ ਸੋ ਕੈਨੇਡਾ ਦੇ ਵਿੱਚ ਜਿਹੜੇ ਐਪਲੀਕੈਂਟਸ ਦੀ ਗਿਣਤੀ ਆ ਉਹ ਉਹ ਵਧੀ ਘਟੀ ਵੀ ਤਾਂ ਕਰਕੇ ਆ ਜਾਂ ਜਿਦਾ ਕਰਕੇ ਸਾਡੇ ਥੋੜਾ ਬਹੁਤ ਫਰਕ ਪਿਆ ਰਿਸ਼ਤਿਆਂ ਵਿੱਚ ਕਿਉਂਕਿ ਅਸੀਂ ਇੱਕ ਸ਼ਾਇਰ ਦੀ ਕਿਸੇ ਕਵਿਤਾ ਸੀਗੀ ਕਿ ਸਰਹੱਦ ਤੇ ਤਣਾਅ ਹੈ ਕਿਆ ਦੇਖੋ ਤਣਾਅ ਹੈ ਕਿਆ ਸੋ ਇਹ ਇਲੈਕਸ਼ਨਸ ਵਾਲਾ ਮਸਲਾ ਹੈ ਕਿ ਜਦੋਂ ਥੋੜੋ ਬਹੁਤ ਚੀਜ਼ਾਂ ਨੂੰ ਤੂਲ ਦਿੱਤਾ ਗਿਆ ਹੈ ਸੋ ਇਸ ਤੋਂ ਇਲਾਵਾ ਅਗਰ ਇੱਕ ਮੁਲਕ ਦੀ ਇਕਨੋਮੀ ਦੇ ਵਿੱਚ ਵੇਖੋਗੇ ਤੇ ਇਹਨਾਂ ਦਾ ਰੂਲ ਇਦਾਂ ਦਾ ਹੈ ਕਿ ਇਸ ਤੋਂ ਬਿਨਾ ਸਟੂਡੈਂਟਸ ਤੋਂ ਬਿਨਾ ਟੂਰਿਸਟ ਤੋਂ ਬਿਨਾ ਇਹਨਾਂ ਮੁਲਕਾਂ ਦਾ ਸਰਨਾ ਹੀ ਨਹੀਂ ਹੈ ਸੋ ਤੁਹਾਡੀ ਅੱਜ ਵੀ ਉੱਥੇ ਉਨੀ ਲੋੜ ਆ ਕਾਲ ਕਰੋ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਦਿੱਤੇ ਹੋਏ ਨੰਬਰ ਦੇ ਉੱਪਰ 25 ਸਾਲ ਹੋ ਗਏ ਨੇ ਸਟ੍ਰੇਟ ਦੇ ਵਿੱਚ ਇਹੋ ਜਿਹੀ ਜਾਣਕਾਰੀਆਂ ਲਗਾਤਾਰ ਸਪੀਚ ਦੇ ਉੱਪਰ ਮਿਲਦੀਆਂ ਰਹਿਣਗੀਆਂ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਲਿਓ ਸਤਿ ਸ੍ਰੀ ਅਕਾਲ